ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਪਿਆਰੇ ਭੈਣੋ ਅਤੇ ਭਰਾਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੈ ਯਸੂ ਆਖਦਾ ਹਾਂ। ਅਤੇ ਅੱਜ ਵਚਨ ਸੁਣਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਮੈਨੂੰ ਅਤੇ ਤੁਹਾਨੂੰ ਬਲੈਸ ਕਰੇ, ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਭਰ ਦੇਵੇ, ਤਾਂ ਕਿ ਅੱਜ ਦਾ ਜੋ ਵਚਨ ਸੁਣੀਏ ਉਸ ਦੇ ਰਾਹੀਂ ਬਹੁਤ ਸਾਰੀ ਆਸ਼ਿਸ਼ ਪ੍ਰਭੂ ਦੀ ਸਾਨੂੰ ਮਿਲੇ। ਪ੍ਰਾਰਥਨਾ ਕਰੀਏ। ਐ ਪ੍ਰਭੂ ਯਿਸੂ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਦੇ ਦਿਨ ਦੇ ਲਈ, ਅੱਜ ਦੇ ਇਸ ਪ੍ਰਚਾਰ ਦੇ ਲਈ, ਅੱਜ ਦੇ ਵਚਨ ਦੇ ਲਈ। ਮੈਂ ਆਪਣੇ ਆਪ ਨੂੰ ਅਤੇ ਜਿੰਨੇ ਵੀ ਲੋਕ ਅੱਜ ਇਹ ਵਚਨ ਸੁਣਨ ਵਾਲੇ ਹਨ ਉਹਨਾਂ ਸਾਰਿਆਂ ਨੂੰ ਅਤੇ ਮੈਨੂੰ ਵੀ ਪ੍ਰਭੂ ਆਪਣੀ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਭਰ ਦੇ, ਤੁਹਾਡਾ ਪਵਿੱਤਰ ਆਤਮਾ ਮੇਰੇ ਵਿੱਚ ਵਾਸ ਕਰੇ, ਮੈਂ ਨਾ ਬੋਲਾਂ ਤੁਹਾਡਾ ਪਵਿੱਤਰ ਆਤਮਾ ਬੋਲੇ, ਅਤੇ ਜਿੰਨੇ ਵੀ ਤੇਰੇ ਬੱਚੇ ਇਸ ਚੈਨਲ ਦੇ ਰਾਹੀਂ ਤੇਰਾ ਵਚਨ ਸੁਣਨ ਪ੍ਰਭੂ, ਉਹਨਾਂ ਸਭ ਨੂੰ ਆਸ਼ਿਸ਼ ਦੇਣਾ। ਮੇਰੀ ਦੁਆ ਨੂੰ ਤੁਸੀਂ ਸੁਣਿਆ ਅਤੇ ਕਬੂਲ ਕੀਤਾ ਹੈ, ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਖੁਦਾਵੰਦ ਯਿਸੂ ਮਸੀਹ ਵਿੱਚ ਪਿਆਰੇ ਭੈਣੋ ਅਤੇ ਭਰਾਓ, ਸਭ ਤੋਂ ਪਹਿਲਾਂ ਮੈਂ ਪ੍ਰਭੂ ਯਿਸੂ ਦਾ ਧੰਨਵਾਦ ਕਰਦਾ ਹਾਂ ਜਿਹਨੇ ਅੱਜ ਸਾਨੂੰ ਇੱਥੇ ਆਪਣਾ ਵਚਨ ਬੋਲਣ ਦਾ, ਸੁਣਾਉਣ ਦਾ ਸਮਾਂ ਦਿੱਤਾ ਹੈ, ਅਤੇ ਨਾਲ ਹੀ ਮੈਂ ਪਵਿੱਤਰ ਆਤਮਾ ਦਾ ਧੰਨਵਾਦ ਕਰਦਾ ਹਾਂ ਜੋ ਸਾਡੀ ਅਗਵਾਈ ਕਰਦਾ ਹੈ, ਕਿਉਂਕਿ ਪਵਿੱਤਰ ਆਤਮਾ ਦੀ ਸ਼ਕਤੀ ਦੇ ਬਿਨਾਂ ਨਾ ਅਸੀਂ ਵਚਨ ਸੁਣਾ ਸਕਦੇ ਹਾਂ ਅਤੇ ਨਾ ਹੀ ਇਸ ਨੂੰ ਸਮਝ ਸਕਦੇ ਹਾਂ। ਅਤੇ ਅੱਜ ਦਾ ਜੋ ਵਚਨ ਸੁਣਨਾ ਹੈ, ਵਚਨ ਸੁਣਨ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਇਸ ਚੈਨਲ ਨੂੰ ਦੇਖ ਰਹੇ ਜੋ, ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਭੂ ਦੇ ਸਾਹਮਣੇ ਸਮਰਪਿਤ ਕਰ ਦਿਓ ਅਤੇ ਵਚਨ ਵੱਲ ਪੂਰਾ ਧਿਆਨ ਲਾਉਣਾ ਹੈ, ਕਿਉਂਕਿ ਜੇਕਰ ਵਚਨ ਨੂੰ ਧਿਆਨ ਨਾਲ ਨਾ ਸੁਣਿਆ ਜਾਵੇ ਤਾਂ ਇਸਦਾ ਕੋਈ ਵੀ ਅਸਰ, ਕੋਈ ਵੀ ਆਸ਼ਿਸ਼ ਸਾਨੂੰ ਨਹੀਂ ਮਿਲੇਗੀ। ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਹਜ਼ਾਰਾਂ ਕਨਵੈਨਸ਼ਨਾਂ ਅਟੈਂਡ ਕਰਦੇ ਹਨ, ਐਤਵਾਰ ਦੀਆਂ ਬੰਦਗੀਆਂ ਅਟੈਂਡ ਕਰਦੇ ਹਨ, ਘਰ ਵੀ ਬੰਦਗੀਆਂ ਕਰਦੇ ਹਨ, ਪਰ ਸਾਨੂੰ ਉਹਨਾਂ ਪ੍ਰਾਰਥਨਾਵਾਂ ਦਾ ਕਦੀ ਕੋਈ ਉੱਤਰ ਨਹੀਂ ਮਿਲਦਾ। ਰਸੂਲਾਂ ਦਾ ਕਰਤੱਵ 2 ਬਾਬ ਦੀ ਜਦੋਂ 37 ਤੋਂ ਲੈ ਕੇ 42 ਤੱਕ ਪੜ੍ਹੀਏ ਤਾਂ ਲਿਖਿਆ ਕਿ ਪੰਤੀਕੁਸਤ ਵਾਲੇ ਦਿਨ, ਜਿਸ ਦਿਨ ਸੰਤ ਪਤਰਸ ਨੇ ਪਹਿਲੇ ਦਿਨ ਪ੍ਰਚਾਰ ਕੀਤਾ, ਤਾਂ ਵਚਨ 'ਚ ਲਿਖਿਆ ਪਹਿਲੇ ਨੰਬਰ ਕਿ ਉਹ ਜਗ੍ਹਾ ਹਿੱਲ ਗਈ, ਲੋਕਾਂ ਦੇ ਦਿਲ ਛਿਦ ਗਏ, ਲੋਕਾਂ ਦੇ ਦਿਲਾਂ 'ਤੇ ਜ਼ਖਮ ਹੋ ਗਏ। ਜਦੋਂ ਸੱਟ ਵੱਜਦੀ ਆ ਤਾਂ ਜ਼ਖਮ ਹੁੰਦਾ ਹੈ, ਅਤੇ ਜਦੋਂ ਜ਼ਖਮ ਹੁੰਦਾ ਹੈ ਫਿਰ ਅਸੀਂ ਪੁੱਛਦੇ ਹਾਂ ਕਿ ਇਸ ਜ਼ਖਮ ਦਾ ਆਰਾਮ ਕਿਸ ਤਰ੍ਹਾਂ ਆਏਗਾ। ਜਦੋਂ ਉਹਨਾਂ ਲੋਕਾਂ ਨੇ ਵਚਨ ਨੂੰ ਬੜੀ ਹੀ ਧਿਆਨ ਨਾਲ ਸੁਣਿਆ ਤਾਂ ਉਹਨਾਂ ਦੇ ਦਿਲਾਂ 'ਤੇ ਜ਼ਖਮ ਹੋ ਗਏ, ਦਿਲ ਛਿਦ ਗਏ ਉਹਨਾਂ ਦੇ, ਅਤੇ ਉਹਨਾਂ ਪ੍ਰਮੁੱਖ ਚੇਲਿਆਂ ਨੂੰ ਪੁੱਛਿਆ, ਪਤਰਸ ਅਤੇ ਪ੍ਰਮੁੱਖ ਚੇਲਿਆਂ ਨੂੰ, ਸਾਨੂੰ ਦੱਸੋ ਅਸੀਂ ਕਿਸ ਤਰ੍ਹਾਂ ਬਚਾਏ ਜਾਵਾਂਗੇ, ਕੀ ਕਦੀ ਅਸੀਂ ਇਸ ਸਥਿਤੀ ਵਿੱਚ ਆਏ ਹਾਂ, ਕੀ ਕਦੀ ਅਸੀਂ ਹਿੱਲੇ ਆ, ਜਾਂ ਕੀ ਕਦੀ ਸਾਡੇ ਦਿਲ 'ਤੇ ਜ਼ਖਮ ਹੋਇਆ ਹੈ? ਜੇ ਨਹੀਂ ਹੋਇਆ ਤਾਂ ਉਸਦਾ ਮਤਲਬ ਆ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਹਲਕਾ ਲੈਂਦੇ ਹਾਂ, ਸਸਤਾ ਜਾ ਲੈਂਦੇ ਹਾਂ, ਕਦੀ ਧਿਆਨ ਨਾਲ ਸੁਣਦੇ ਨਹੀਂ। ਜਦੋਂ ਵੀ ਤੁਸੀਂ ਵਚਨ ਨੂੰ ਸੁਣਦੇ ਜੋ, ਆਪਣੇ ਸਾਰੇ ਕੰਮ ਬੰਦ ਕਰ ਦਿਓ, ਸਭ ਕੁਛ ਭੁੱਲ ਜਾਓ ਅਤੇ ਪ੍ਰਭੂ ਨੂੰ ਸੁਣੋ। ਵਚਨ ਮਤਲਬ ਪ੍ਰਭੂ ਯਿਸੂ ਮਸੀਹ, ਵਚਨ ਮਤਲਬ ਪ੍ਰਭੂ ਯਿਸੂ ਮਸੀਹ, ਯਿਸੂ ਮਸੀਹ ਨੂੰ ਤੁਸੀਂ ਸੁਣ ਰਹੇ ਜੋ, ਅਤੇ ਪ੍ਰਭੂ ਯਿਸੂ ਮਸੀਹ ਨੂੰ ਆਦਰ ਨਾਲ, ਸਤਿਕਾਰ ਨਾਲ ਸੁਣਨਾ ਚਾਹੀਦਾ ਹੈ। ਅਤੇ ਅੱਜ ਦਾ ਜੋ ਵਚਨ ਤੁਹਾਨੂੰ ਦੱਸਣ ਵਾਲੇ ਹਾਂ, ਜੋ ਪ੍ਰਭੂ ਨੇ ਦਿੱਤਾ ਹੈ, ਕਿ ਅਸੀਂ ਪ੍ਰਭੂ ਨੂੰ ਮੰਨਦੇ ਹੋਏ ਵੀ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਗੁਜ਼ਾਰ ਰਹੇ ਹਾਂ, ਕਿਸ ਤਰ੍ਹਾਂ ਜੀ ਰਹੇ ਹਾਂ। ਅਸੀਂ ਇੱਕ ਹਵਾਲਾ ਪੜਾਂਗੇ, ਅਸੀਂ ਮੱਤੀ ਦੀ ਅੰਜੀਲ ਉਹਦਾ 26 ਬਾਪ ਉਹਦੀ 41 ਐਤ ਪੜ੍ਹ ਕੇ ਦੇਖਾਂਗੇ ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਹੈ। ਲਿਖਿਆ ਹੈ, ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ।
ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਇਹ ਗੱਲ ਪ੍ਰਭੂ ਨੇ ਕਦੋਂ ਕਹੀ? ਜਦੋਂ ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਨਾਲ ਗੱਤਸਮਨੀ ਬਾਗ ਵਿੱਚ ਪ੍ਰਾਰਥਨਾ ਕਰ ਰਹੇ ਸਨ। ਪ੍ਰਭੂ ਨੇ ਮੌਕਾ ਦਿੱਤਾ ਹੈ, ਗੱਤਸਮਨੀ ਬਾਗ ਵੇਖ ਕੇ ਆਏ ਹਾਂ, ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਅਤੇ ਜਦੋਂ ਅਸੀਂ ਉੱਥੇ ਪਹੁੰਚੇ, ਉਸ ਪੱਥਰ ਨੂੰ ਛੂਹਿਆ ਜਿੱਥੇ ਪ੍ਰਭੂ ਯਿਸੂ ਗੋਡੇ ਟੇਕ ਕੇ ਪ੍ਰਾਰਥਨਾ ਕਰ ਰਹੇ ਸਨ, ਅਤੇ ਬੜੀ ਖੁਦਾ ਦੀ ਆਸ਼ਿਸ਼, ਪ੍ਰਭੂ ਦਾ ਆਨੰਦ ਅਨੁਭਵ ਹੋਇਆ। ਅਤੇ ਉਸ ਸਮੇਂ ਦੇ ਸ਼ਬਦ ਆ ਜਦੋਂ ਪ੍ਰਭੂ ਯਿਸੂ ਗੱਤਸਮਨੀ ਬਾਗ ਵਿੱਚ ਪ੍ਰਾਰਥਨਾ ਕਰ ਰਹੇ ਸਨ। ਅਤੇ ਪ੍ਰਭੂ ਜਦੋਂ ਪ੍ਰਾਰਥਨਾ ਕਰਕੇ ਵਾਪਸ ਆਉਂਦੇ ਆ ਤਾਂ ਚੇਲਿਆਂ ਨੂੰ ਦੇਖਦੇ ਆ ਅਤੇ ਚੇਲੇ ਸੁੱਤੇ ਪਏ, ਅਤੇ ਪ੍ਰਭੂ ਨੇ ਕਿਹਾ ਵੀ ਮੈਂ ਇੰਨਾ ਦਰਦ ਵਿੱਚ ਹਾਂ, ਮੈਂ ਇੰਨਾ ਦੁੱਖ ਵਿੱਚ ਹਾਂ, ਤੁਸੀਂ ਸੁੱਤੇ ਪੈ ਜਾਓ, ਮੇਰੇ ਨਾਲ ਪ੍ਰਾਰਥਨਾ ਕਰੋ। ਤੋ ਇਹ ਸ਼ਬਦ ਪ੍ਰਭੂ ਨੇ ਆਪਣੇ ਚੇਲਿਆਂ ਲਈ ਇਸਤੇਮਾਲ ਕੀਤੇ ਸਨ ਉਸ ਸਮੇਂ। ਕੀ ਇਹ ਵਚਨ ਅੱਜ ਸਾਡੇ ਲਈ ਵੀ ਆ? ਹਾਂ ਬਿਲਕੁਲ, ਇਹ ਵਚਨ ਅੱਜ ਸਾਡੇ ਲਈ ਵੀ ਹਨ। ਅਸੀਂ ਵੀ ਆਪਣੀ ਨੀਂਦ ਤੋਂ ਜਾਗੀਏ। ਬੜੀਆਂ ਨੀਂਦਾਂ ਸਾਨੂੰ ਆਉਂਦੀਆਂ ਹਨ, ਪਾਪ ਦੀ ਨੀਂਦ, ਪੈਸੇ ਦੀ ਨੀਂਦ, ਹਨੇਰੇ ਦੀ ਨੀਂਦ, ਹੋਰ ਕਈ ਬੁਰਿਆਂ ਕੰਮਾਂ ਦੀ ਨੀਂਦ, ਇਹਨਾਂ ਦੇ ਵਿੱਚ ਅਸੀਂ ਸੁੱਤੇ ਪਏ ਹਾਂ। ਅਤੇ ਪ੍ਰਭੂ ਕਹਿੰਦਾ ਜਾਗੋ, ਜਾਗੋ। ਤੁਸੀਂ ਕਿਉਂ ਜਾਗਣਾ ਹੈ? ਕਿਉਂ ਜਾਗਣਾ ਹੈ? ਕਿਉਂਕਿ ਪ੍ਰਭੂ ਦੁਬਾਰਾ ਸਾਡੇ ਕੋਲ ਆਉਣ ਵਾਲੇ ਹਨ। ਮੱਤੀ 24 ਬਾਪ ਉਹਦੀ 44 ਐਤ ਪੜ੍ਹ ਕੇ ਦੇਖਾਂਗੇ। ਕਿਉਂ ਜਾਗਣਾ ਅਸੀਂ? ਇਸ ਲਈ ਤੁਸੀਂ ਵੀ ਤਿਆਰ ਰਹੋ, ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸੇ ਘੜੀ ਆ ਰਿਹਾ ਹੈ ਜਿਸ ਬਾਰੇ ਤੁਸੀਂ ਸੋਚਦੇ ਵੀ ਨਹੀਂ ਹੋ। ਪਿਆਰੇ ਭੈਣੋ ਅਤੇ ਭਰਾਓ, ਕਿਉਂ ਤਿਆਰ ਰਹਿਣਾ ਹੈ? ਕਿਹੜੀ ਤਿਆਰੀ ਕਰਨੀ ਹੈ? ਇਹ ਨਹੀਂ ਕਿ ਅਸੀਂ ਇਹ ਦੇਸ਼ ਛੱਡ ਜਾਣਾ, ਜਾਂ ਇਹ ਸ਼ਹਿਰ ਛੱਡ ਦੇਣਾ ਹੈ, ਜਾਂ ਅਸੀਂ ਆਪਣੇ ਘਰ ਦੀ ਤਿਆਰੀ ਕਰਨੀ ਹੈ, ਜਾਂ ਅਸੀਂ ਆਪਣੇ ਕੱਪੜੇ ਲੀੜੇ ਲੱਤੇ ਦੀ ਤਿਆਰੀ ਕਰਨੀ ਹੈ, ਜਾਂ ਧਨ ਦੌਲਤ ਇਕੱਠਾ ਕਰਨਾ ਹੈ। ਨਹੀਂ, ਅਸੀਂ ਆਤਮਿਕ ਤਿਆਰੀ ਕਰਨੀ ਹੈ। ਜਿਹੜੇ ਰਾਹ ਬੁਰੇ ਅਸੀਂ ਫੜੀ ਬੈਠੇ ਹਾਂ ਉਹਨਾਂ ਨੂੰ ਛੱਡਣਾ ਹੈ। ਜਿਹੜਿਆਂ ਬੁਰਿਆਂ ਕੰਮਾਂ ਨਾਲ ਅਸੀਂ ਗੰਦੇ ਹੋ ਚੁੱਕੇ ਹਾਂ ਉਹਨਾਂ ਤੋਂ ਸਾਫ਼ ਹੋਣਾ ਹੈ। ਅਤੇ ਲਿਖਿਆ ਹੈ, ਸੰਤ ਮੱਤੀ ਕਹਿੰਦੇ ਹਨ, ਤੁਸੀਂ ਤਿਆਰ ਰਹੋ, ਤੁਸੀਂ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸੇ ਘੜੀ ਆ ਰਿਹਾ ਜਿਸ ਬਾਰੇ ਤੁਸੀਂ ਕਦੀ ਵੀ ਸੋਚਦੇ ਨਹੀਂ ਹੋ। ਅਸੀਂ ਕਦੀ ਖਿਆਲ ਹੀ ਨਹੀਂ ਕੀਤਾ, ਕਦੀ ਇਹ ਪਰਵਾਹ ਹੀ ਨਹੀਂ ਕਰਦੇ। ਕੰਟੀਨਿਊ ਜੋ ਪ੍ਰਭੂ ਦੇ ਘਰ ਜਾਂਦੇ ਹਾਂ, ਅਸੀਂ ਚਰਚ ਜਾਂਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਬੰਦਗੀ ਕਰਦੇ ਹਾਂ, ਪਰ ਸਾਡਾ ਜੀਵਨ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸਾਡੇ ਜੀਵਨ 'ਚ ਕੋਈ ਫਰਕ ਨਹੀਂ ਹੈ। ਰੋਮੀਆਂ ਉਹਦਾ 13 ਬਾਪ ਉਹਦੀ 11 ਐਤ ਵਿੱਚ ਸੰਤ ਪੌਲਸ ਕੀ ਕਹਿੰਦੇ ਹਨ? ਅਸੀਂ ਕਿਹੜੇ ਕੰਮਾਂ ਵਿੱਚ ਫਸੇ ਹਾਂ? ਕਿਹੜੀ ਤਿਆਰੀ ਅਸੀਂ ਕਰਨੀ ਹੈ? ਰੋਮੀਆਂ ਦਾ ਪੱਤਰ ਉਸਦਾ 13 ਬਾਪ 11ਵੀਂ ਐਤ ਵਿੱਚ ਲਿਖਿਆ ਹੈ, ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਸਮਾਂ ਜਾ ਰਿਹਾ ਹੈ। ਸੰਤ ਪੌਲਸ ਕਹਿੰਦਾ ਰੋਮੀਆਂ ਦੇ ਵਿਸ਼ਵਾਸ ਸੰਗਤ ਨੂੰ, ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਪ੍ਰਭੂ ਦੇ ਆਉਣ ਬਾਰੇ ਦੱਸੀਆਂ ਹਨ, ਤੁਸੀਂ ਦੂਜਿਆਂ ਨਾਲ ਸ਼ੇਅਰ ਕਰੋ, ਦੂਜਿਆਂ ਨਾਲ ਇਹ ਗੱਲਾਂ ਸਾਂਝੀਆਂ ਕਰੋ, ਅਤੇ ਉਹਨਾਂ ਨੂੰ ਦੱਸੋ ਕਿ ਸਮਾਂ ਕਿਹੜਾ ਜਾ ਰਿਹਾ ਹੈ। ਤੁਸੀਂ ਆਪਣੀ ਨੀਂਦ ਤੋਂ ਜਾਗੋ, ਜੋ ਪ੍ਰਭੂ ਯਿਸੂ ਨੇ ਕਿਹਾ ਉਹ ਸੰਤ ਪੌਲਸ ਕਹਿੰਦੇ ਹਨ। ਅਸੀਂ ਗਲਤ ਕੰਮਾਂ ਵਿੱਚ ਲੱਗੇ ਪਏ ਹਾਂ, ਸਾਨੂੰ ਹੋਸ਼ ਨਹੀਂ, ਸੁਪਨੇ ਦੇਖ ਰਹੇ ਹਾਂ ਅਸੀਂ, ਸਾਨੂੰ ਹੋਸ਼ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਤਾਂ ਸੰਤ ਪੌਲਸ ਕਹਿੰਦਾ ਹੈ, ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਤੁਹਾਡੇ ਛੁਟਕਾਰੇ ਦੀ ਘੜੀ ਪਹਿਲਾਂ ਨਾਲੋਂ ਲਾਗੇ ਆ ਪਹੁੰਚੀ ਹੈ। ਬਹੁਤ ਸਾਰੇ ਲੋਕ ਸੋਚਦੇ ਆ ਕਿ ਪ੍ਰਚਾਰਕ ਲੋਕਾਂ ਨੂੰ ਡਰਾਉਂਦੇ ਹਨ। 2018 ਸਾਲ ਹੋ ਗਏ ਆ, ਅਜੇ ਤੱਕ ਪ੍ਰਭੂ ਆਏ ਨਹੀਂ। ਪਹਿਲੇ ਜਿਹੜੇ ਫਾਦਰ ਸਨ ਉਹ ਵੀ ਸਾਨੂੰ ਕਹਿੰਦੇ ਸਨ ਪ੍ਰਭੂ ਨੇ ਆਉਣਾ,
ਅੱਜ ਜਿਹੜੇ ਆ ਉਹ ਵੀ ਸਾਨੂੰ ਕਹਿੰਦੇ ਆ ਪ੍ਰਭੂ ਨੇ ਆਉਣਾ, ਪਰ ਅੱਜ ਤੱਕ ਪ੍ਰਭੂ ਆਇਆ ਨਹੀਂ। ਪਰ ਵਚਨ ਵਿੱਚ ਲਿਖਿਆ ਕਿ ਪ੍ਰਭੂ ਦੇ ਲਈ ਇੱਕ ਦਿਨ ਹਜ਼ਾਰ ਦਿਨ ਦੇ ਬਰਾਬਰ ਆ ਅਤੇ ਹਜ਼ਾਰ ਦਿਨ ਇੱਕ ਦਿਨ ਦੇ ਬਰਾਬਰ ਹੈ। ਜਿਸ ਤਰ੍ਹਾਂ ਅਸੀਂ ਗਿਣਤੀ ਕਰਦੇ ਹਾਂ ਉਸੇ ਤਰ੍ਹਾਂ ਪ੍ਰਭੂ ਗਿਣਤੀ ਨਹੀਂ ਕਰਦਾ। ਅਤੇ ਉਹ ਦੱਸਾਂਗੇ ਤੁਹਾਨੂੰ ਕਿ ਪ੍ਰਭੂ ਅਜੇ ਤੱਕ ਕਿਉਂ ਨਹੀਂ ਆਇਆ, ਕਿਉਂ ਰੁਕੇ ਹਨ। ਇਹ ਵੀ ਸਾਡੀ ਭਲਾਈ ਹੈ ਕਿ ਅਜੇ ਤੱਕ ਪ੍ਰਭੂ ਕਿਉਂ ਰੁਕੇ ਹਨ, ਕਿਉਂਕਿ ਅਜੇ ਅਸੀਂ ਤਿਆਰੀ ਹੀ ਨਹੀਂ ਕੀਤੀ। ਤੋ ਲਿਖਿਆ ਹੈ, ਤੁਹਾਡੇ ਛੁਟਕਾਰੇ ਦੀ ਘੜੀ ਪਹਿਲਾਂ ਨਾਲੋਂ ਲਾਗੇ ਆ ਪਹੁੰਚੀ ਹੈ। ਜਦੋਂ ਤੁਸੀਂ ਵਿਸ਼ਵਾਸ ਕੀਤਾ ਸੀ, ਰਾਤ ਸਮਾਪਤ ਹੋਣ 'ਤੇ ਹੈ ਅਤੇ ਦਿਨ ਨਿਕਲਣ ਵਾਲਾ ਹੈ। ਪਿਆਰੇ ਭੈਣੋ ਦੇ ਭਰਾਓ, ਦਿਨ ਨਿਕਲਣ ਵਾਲਾ ਹੈ। ਰਾਤ ਸਮਾਪਤ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਕੰਮ ਜਿਹੜੇ ਆ ਉਹ ਸਮਾਪਤ ਕਰੀਏ, ਆਪਣੇ ਕੰਮਾਂ ਨੂੰ ਜੋ ਪ੍ਰਭੂ ਦੇ ਰਸਤੇ ਦੇ ਮੁਤਾਬਕ ਨਹੀਂ ਆ ਉਹਨਾਂ ਨੂੰ ਬਦਲੀਏ। ਰਾਤ ਸਮਾਪਤ ਹੋਣ 'ਤੇ ਹੈ ਅਤੇ ਦਿਨ ਨਿਕਲਣ ਵਾਲਾ ਹੈ, ਇਸ ਲਈ ਆਓ ਅਸੀਂ ਆਪਣੇ ਹਨੇਰੇ ਦੇ ਬੁਰੇ ਕੰਮਾਂ ਨੂੰ ਤਿਆਗ ਕੇ। ਹਨੇਰੇ ਦੇ ਬੁਰੇ ਕੰਮ, ਚੋਰੀ, ਜਿਹੜੇ ਪਾਪ ਕਰਦੇ ਹਾਂ, ਅਸੀਂ ਸੋਚਦੇ ਸਾਨੂੰ ਕੋਈ ਦੇਖਦਾ ਨਹੀਂ, ਸਾਨੂੰ ਕੋਈ ਵੇਖਦਾ ਨਹੀਂ, ਪਰ ਦੇਖਣ ਵਾਲਾ ਦੇਖੀ ਜਾ ਰਿਹਾ। ਅਬਰਾਨੀਆਂ 4 ਬਾਬ ਦੀ 12ਵੀਂ ਅਤੇ 13ਵੀਂ ਆਇਤ ਵਿੱਚ ਲਿਖਿਆ ਹੈ, ਪਰਮੇਸ਼ਵਰ ਦੇ ਸਾਹਮਣੇ ਸਭ ਕੁਝ ਖੁੱਲ੍ਹਾ ਅਤੇ ਨੰਗਾ ਪਿਆ ਹੋਇਆ ਹੈ, ਉਸ ਤੋਂ ਕੋਈ ਵੀ ਕੁਛ ਲੁਕਾ ਨਹੀਂ ਸਕਦਾ। ਇਸ ਲਈ ਪਿਆਰੇ ਭੈਣੋ ਅਤੇ ਭਰਾਓ, ਸੰਤ ਪੌਲਸ ਕਹਿੰਦੇ ਹਨ, ਇਸ ਲਈ ਆਓ ਅਸੀਂ ਆਪਣੇ ਹਨੇਰੇ ਦੇ ਬੁਰੇ ਕੰਮਾਂ ਨੂੰ ਤਿਆਗ ਕੇ ਚਾਨਣ ਵਿੱਚ ਲੜਨ ਦੇ ਲਈ ਹਥਿਆਰ ਸੰਭਾਲੀਏ। ਇਸ ਲਈ ਸਾਨੂੰ ਆਪਣੇ ਕੰਮ ਜਿਹੜੇ ਹਨ ਉਹ ਬਦਲਣੇ ਬਹੁਤ ਜ਼ਰੂਰੀ ਹਨ। ਅਸੀਂ ਪ੍ਰਭੂ ਨੂੰ ਵੀ ਮੰਨ ਰਹੇ ਹਾਂ, ਪਰ ਸਾਡਾ ਜੀਵਨ, ਸਾਡੇ ਕੰਮ, ਸਾਡੇ ਤਰੀਕੇ ਸਾਰੇ ਉਸੇ ਤਰ੍ਹਾਂ ਦੇ ਹਨ। ਜਿਹੜਾ ਚੋਰੀ ਕਰਦਾ ਹੈ ਉਹ ਅਜੇ ਵੀ ਚੋਰੀ ਕਰੀ ਜਾ ਰਿਹਾ, ਜਿਹੜਾ ਗਾਲਾਂ ਕੱਢਦਾ ਉਹ ਅਜੇ ਵੀ ਗਾਲਾਂ ਕੱਢੀ ਜਾ ਰਿਹਾ, ਜਿਹੜਾ ਹਰਾਮਕਾਰੀ ਕਰਦਾ ਉਹ ਅਜੇ ਵੀ ਹਰਾਮਕਾਰੀ ਕਰੀ ਜਾ ਰਿਹਾ, ਜਿਹੜਾ ਝੂਠ ਬੋਲਦਾ ਉਹ ਪਹਿਲੇ ਵੀ ਝੂਠ ਬੋਲਦਾ ਸੀ ਹੁਣ ਵੀ ਝੂਠ ਬੋਲੀ ਜਾ ਰਿਹਾ, ਪਰ ਮਨ ਦੇ ਪ੍ਰਭੂ ਨੂੰ ਆ। ਸੰਤ ਯਾਕੂਬ ਕਹਿੰਦਾ, ਇੱਕ ਚਸ਼ਮੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਜਿਹੜੇ ਚਸ਼ਮੇ 'ਚੋਂ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਹੈ ਉਹ ਚਸ਼ਮਾ ਖਰਾਬ ਹੈ। ਦੇਖੋ ਕਦੇ ਅਸੀਂ ਖਰਾਬ ਤਾਂ ਨਹੀਂ ਹੋਏ। ਜਿਸ ਚਸ਼ਮੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਹੈ ਉਹ ਖਰਾਬ ਹੈ ਚਸ਼ਮਾ, ਉਹ ਪਾਣੀ ਕਿਸੇ ਦੇ ਲਾਇਕ ਦਾ ਨਹੀਂ, ਉਸ ਪਾਣੀ ਨੂੰ ਕੋਈ ਪੀਂਦਾ ਨਹੀਂ। ਇਸ ਲਈ ਵਚਨ ਦੇ ਵਿੱਚ ਲਿਖਿਆ ਹੈ ਕਿ ਆਪਣੇ ਆਪ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਲੂਕਾ ਦੀ ਇੰਜੀਲ 13 ਬਾਬ ਉਹਦੀ 3ਰੀ ਆਇਤ ਵਿੱਚ ਸੰਤ ਲੂਕਸ ਕਹਿੰਦੇ ਹਨ, ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ, ਜੇਕਰ ਤੁਸੀਂ ਵੀ ਆਪਣੇ ਜੀਵਨ ਨੂੰ ਨਾ ਬਦਲੋਗੇ ਤਾਂ ਤੁਸੀਂ ਸਾਰੇ ਹੀ ਇਸੇ ਤਰ੍ਹਾਂ ਨਾਸ਼ ਹੋ ਜਾਓਗੇ। ਪਿਆਰੇ ਭੈਣੋ ਅਤੇ ਭਰਾਓ, ਜੇਕਰ ਅਸੀਂ ਆਪਣੇ ਜੀਵਨ ਨੂੰ ਨਾ ਬਦਲਿਆ ਤਾਂ ਸ਼ਾਇਦ ਅਸੀਂ ਪ੍ਰਭੂ ਦੇ ਸਾਹਮਣੇ ਨਹੀਂ ਜਾ ਸਕਦੇ। ਇਸੇ ਲਈ ਪ੍ਰਭੂ ਕਹਿੰਦਾ ਹੈ, ਮਤੀ ਦੀ ਇੰਜੀਲ ਦੇ 7 ਬਾਪ ਉਹਦੀ 21 ਆਇਤ ਪੜ੍ਹੀਏ ਤਾਂ ਉੱਥੇ ਲਿਖਿਆ ਹੈ, ਪ੍ਰਭੂ ਕਹਿੰਦੇ ਹਨ, ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਮੇਰੇ ਰਾਜ ਵਿੱਚ ਸ਼ਾਮਿਲ ਨਹੀਂ ਹੋ ਸਕਦਾ, ਪਰ ਉਹ ਜਿਹੜੇ ਮੇਰੇ ਪਿਤਾ ਦੀ ਇੱਛਾ ਨੂੰ ਪੂਰਾ ਕਰਦੇ ਹਨ ਉਹ ਮੇਰੇ ਰਾਜ ਵਿੱਚ ਸ਼ਾਮਿਲ ਹੋਣਗੇ। ਇਸ ਲਈ ਰਸਮੀ ਤੌਰ 'ਤੇ ਅਸੀਂ ਪ੍ਰਭੂ ਨੂੰ ਮੰਨਣਾ ਬੰਦ ਕਰ ਦਈਏ, ਸਗੋਂ ਦਿਲ ਤੋਂ ਪ੍ਰਭੂ ਦੀਆਂ ਆਗਿਆਵਾਂ ਨੂੰ ਪਾਲਣਾ ਕਰਦੇ ਹੋਏ ਉਸਦੇ ਕੋਲ ਜਾਈਏ। ਅਤੇ ਇੱਕ ਹਵਾਲਾ ਹੋਰ ਅਸੀਂ ਪੜ੍ਹਾਂਗੇ, ਸੰਤ ਪਤਰਸ ਇੱਕ ਗੱਲ ਆਖਦੇ ਹਨ, ਪਹਿਲਾ ਪਤਰਸ ਉਸਦਾ 4 ਬਾਪ ਉਸਦੀ 17ਵੀਂ ਆਇਤ ਵਿੱਚ ਅਸੀਂ ਪੜ੍ਹ ਕੇ ਦੇਖਦੇ ਹਾਂ ਸੰਤ ਪਤਰਸ ਸਾਨੂੰ ਕੀ ਕਹਿੰਦੇ ਹਨ। ਧਿਆਨ ਦਿਓ, ਨਿਆਂ ਦੀ ਘੜੀ ਆ ਚੁੱਕੀ ਹੈ। ਹਾਲੇ ਲੋਈਆ,
ਹਾਲੇਲੂਇਆ ਹਾਲੇਲੂਇਆ। ਇਸ ਲਈ ਪਿਆਰਿਓ ਧਿਆਨ ਦਿਓ, ਨਿਆਂ ਦੀ ਘੜੀ ਆ ਚੁੱਕੀ ਹੈ। ਇਸ ਦਾ ਸ਼ੁਰੂਆਤ ਪਰਮੇਸ਼ਵਰ ਦੇ ਆਪਣੇ ਘਰ ਤੋਂ ਹੀ ਹੋ ਰਿਹਾ ਹੈ। ਇਸ ਗੱਲ ਨੂੰ ਧਿਆਨ ਨਾਲ ਸੁਣੋ, ਨਿਆਂ ਦੀ ਘੜੀ ਆ ਚੁੱਕੀ ਹੈ, ਇਸ ਦਾ ਸ਼ੁਰੂਆਤ ਪਰਮੇਸ਼ਵਰ ਦੇ ਆਪਣੇ ਘਰ ਤੋਂ ਹੀ ਹੋ ਰਿਹਾ ਹੈ, ਜਿਹੜੇ ਉਹਦੇ ਆਪਣੇ ਲੋਕ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਸਵੀਕਾਰ ਕੀਤਾ ਹੈ, ਉਹਨਾਂ ਤੋਂ ਸ਼ੁਰੂ ਹੋਏਗਾ ਨਿਆਂ, ਉਹਨਾਂ ਤੋਂ ਸ਼ੁਰੂ ਹੋਏਗਾ। ਅਤੇ ਪਿਆਰਿਓ, ਕਿਤੇ ਇਹ ਨਾ ਹੋਵੇ ਕਿ ਅਸੀਂ ਇੱਥੇ ਪ੍ਰਭੂ ਦੀ ਪੂਜਾ ਕਰਦੇ ਹਾਂ, ਪ੍ਰਭੂ ਨੂੰ ਮੰਨਦੇ ਹਾਂ, ਅਤੇ ਉੱਥੇ ਪ੍ਰਭੂ ਸਾਡੇ ਵੱਲ ਤੱਕੇ ਹੀ ਨਾ, ਪ੍ਰਭੂ ਦਾ ਮੁਖੜਾ ਵੇਖਣ ਦਾ ਮੌਕਾ ਨਾ ਸਾਨੂੰ ਮਿਲੇ। ਕਿਉਂ? ਕਿਉਂਕਿ ਅਸੀਂ ਕੰਮ ਨਹੀਂ ਬਦਲਦੇ, ਆਪਣੇ ਆਪਣੀ ਜ਼ਿੰਦਗੀ ਨਹੀਂ ਬਦਲਦੇ। ਚਰਚ ਦੇ ਵਿੱਚ ਪ੍ਰਾਰਥਨਾ ਕਰਦੇ ਸਮੇਂ ਅਸੀਂ ਆਤਮਾ ਨਾਲ ਭਰਪੂਰ ਹੋ ਜਾਂਦੇ ਹਾਂ, ਘਰ ਆ ਕੇ ਫਿਰ ਸਾਡਾ ਉਹੋ ਹੀ ਸਿਸਟਮ ਚੱਲਦਾ ਹੈ। ਇਸ ਲਈ ਸੰਤ ਪਤਰਸ ਕਹਿੰਦਾ ਹੈ ਕਿ ਤੁਹਾਡਾ ਨਿਆਂ ਹੋਵੇਗਾ, ਪਰ ਨਿਆਂ ਦੀ ਘੜੀ ਜਿਹੜੀ ਹੈ ਉਹ ਨੇੜੇ ਆ ਚੁੱਕੀ ਹੈ, ਪਰ ਨਿਆਂ ਆਪਣੇ ਲੋਕਾਂ ਤੋਂ ਪਰਮੇਸ਼ਰ ਸ਼ੁਰੂ ਕਰੇਗਾ। ਅਤੇ ਅੱਗੇ ਕੀ ਲਿਖਿਆ ਹੈ? ਪਰ ਜੇਕਰ ਇਸਦਾ ਸ਼ੁਰੂਆਤ ਸਾਡੇ ਤੋਂ ਹੀ ਹੋ ਰਿਹਾ ਹੈ ਤਾਂ ਇਸਦਾ ਅੰਤ ਉਹਨਾਂ ਨਾਲ ਕਿਸ ਤਰ੍ਹਾਂ ਹੋਵੇਗਾ ਜੋ ਪਰਮੇਸ਼ਰ ਦੇ ਸ਼ੁਭ ਸਮਾਚਾਰ 'ਤੇ ਵਿਸ਼ਵਾਸ ਨਹੀਂ ਕਰਦੇ ਹਨ। ਇਹ ਉਹਨਾਂ ਲੋਕਾਂ ਲਈ ਵੀ ਸੰਦੇਸ਼ ਆ ਜਿਹੜੇ ਲੋਕ ਅੱਜ ਪਰਮੇਸ਼ਵਰ ਨੂੰ ਸਵੀਕਾਰ ਨਹੀਂ ਕਰ ਰਹੇ, ਉਹਨਾਂ ਬਾਰੇ ਵੀ ਸੰਤ ਪਤਰਸ ਕਹਿੰਦਾ ਹੈ ਕਿ ਜਿਹੜੇ ਅਸੀਂ ਪ੍ਰਭੂ ਨੂੰ ਸਵੀਕਾਰ ਕਰ ਚੁੱਕੇ ਹਾਂ, ਸਾਡਾ ਤਾਂ ਨਿਆਂ ਹੋਣਾ ਹੀ ਆ, ਪੁੱਛਿਆ ਜਾਣਾ, ਪਰ ਜੇ ਸਾਡਾ ਹੀ ਬਚਣਾ ਬੜਾ ਮੁਸ਼ਕਲ ਹੋ ਗਿਆ ਤਾਂ ਜਿਹੜੇ ਪ੍ਰਭੂ ਤੋਂ ਦੂਰ ਹਨ ਉਹ ਕਿਸ ਤਰ੍ਹਾਂ ਬਚਣਗੇ? ਇਸ ਲਈ ਪਿਆਰੇ ਭੈਣੋ ਅਤੇ ਭਰਾਓ, ਅੱਜ ਸਮਾਂ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਅਤੇ ਆਪਣੇ ਜੀਵਨ ਨੂੰ ਚੇਂਜ ਕਰੀਏ। ਅਸੀਂ ਇੱਕ ਹਵਾਲਾ ਪੜ੍ਹਾਂਗੇ, ਦੂਸਰਾ ਕਰੰਥੀਆ 5:5 ਉਹਦੀ 17ਵੀਂ ਐਤ ਪੜ੍ਹ ਕੇ ਦੇਖਾਂਗੇ। ਜਿਹੜੇ ਪ੍ਰਭੂ ਵਿੱਚ ਆ ਜਾਂਦੇ ਹਨ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਜੇਕਰ ਕੋਈ ਆਦਮੀ ਮਸੀਹ ਦੀ ਸੰਗਤ ਵਿੱਚ ਹੈ, ਯਾਰੀ ਧਿਆਨ ਦੇਣਾ ਹੈ ਵਚਨ ਵੱਲ, ਜੇਕਰ ਕੋਈ ਆਦਮੀ ਮਸੀਹ ਦੀ ਸੰਗਤ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜੋ ਕੋਈ ਮਸੀਹ ਦੀ ਸੰਗਤ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਪੁਰਾਣਾ ਜੋ ਕੁਛ ਉਹਦੇ ਵਿੱਚ ਭਰਿਆ ਹੋਇਆ ਸੀ ਉਹ ਸਭ ਕੁਛ ਖਤਮ ਹੋ ਗਿਆ। ਅਤੇ ਅੱਗੇ ਕੀ ਲਿਖਿਆ ਹੈ? ਪੁਰਾਣਾ ਸਭ ਕੁਛ ਖਤਮ ਹੋ ਗਿਆ ਅਤੇ ਨਵਾਂ ਉਸ ਦੀ ਥਾਂ ਆ ਗਿਆ ਹੈ। ਪੁਰਾਣਾ ਸਭ ਕੁਛ ਖਤਮ ਹੋ ਗਿਆ ਅਤੇ ਨਵਾਂ ਉਸ ਦੀ ਥਾਂ ਆ ਗਿਆ। ਪਰ ਸਾਡੇ ਕੁਝ ਲੋਕ ਅਜੇ ਇਸ ਤਰ੍ਹਾਂ ਦਾ ਹੀ ਜੀਵਨ ਗੁਜ਼ਾਰ ਰਿਹਾ ਕਿ ਉਹਨਾਂ 'ਤੇ ਪਹਿਲਾ ਜਿਹੜਾ ਰੰਗ ਚੜ੍ਹਿਆ ਹੈ ਉਹ ਅਜੇ ਉਤਰਿਆ ਹੀ ਨਹੀਂ। ਇਸ ਲਈ ਪਿਆਰਿਓ, ਸਾਨੂੰ ਆਪਣੀ ਜ਼ਿੰਦਗੀ ਬਦਲ ਲੈਣੀ ਚਾਹੀਦੀ ਹੈ, ਆਪਣੇ ਜੀਵਨ ਨੂੰ ਚੇਂਜ ਕਰਨਾ ਚਾਹੀਦਾ। ਅਸੀਂ ਤਾਂ ਮਸੀਹ ਵਿੱਚ ਨਵੇਂ ਹਾਂ, ਸਾਨੂੰ ਪ੍ਰਭੂ ਨੇ ਨਵੇਂ ਬਣਾਇਆ, ਨਵੀਂ ਸ੍ਰਿਸ਼ਟੀ ਬਣਾਈ ਆ, ਅਤੇ ਉਹਨੇ ਆਪਣੇ ਲਹੂ ਨਾਲ ਸਾਨੂੰ ਧੋਤਾ ਹੈ, ਕਿਤੇ ਪਾਣੀ ਨਾਲ ਨਹੀਂ ਧੋ ਦਿੱਤਾ ਉਹਨੇ ਸਾਨੂੰ, ਨਹੀਂ, ਉਹਨੇ ਸਾਡੀ ਜ਼ਮਾਨਤ ਦਿੱਤੀ ਹੈ ਆਪਣੇ ਲਹੂ ਦੇ ਨਾਲ, ਉਹਨੇ ਸਾਨੂੰ ਲਹੂ ਨਾਲ ਖਰੀਦਿਆ ਹੈ। ਅਤੇ ਫਿਰ ਵੀ ਅਸੀਂ ਆਪਣਾ ਜੀਵਨ ਉਸੇ ਤਰ੍ਹਾਂ ਹੀ ਗੁਜ਼ਾਰਦੇ ਹਾਂ ਜਿਸ ਤਰ੍ਹਾਂ ਕਿ ਸਾਡੇ ਵੱਡਿਆਂ ਨੇ ਗੁਜ਼ਾਰਿਆ ਹਨੇਰੇ ਵਿੱਚ। ਤਾਂ ਫਿਰ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਹੈ? ਇਹ ਮੱਤੀ ਦੀ ਅੰਜੀਲ 8:5 ਉਹਦੀ 11 ਐਤ ਪੜ੍ਹ ਕੇ ਦੇਖਾਂਗੇ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ। ਫਿਰ ਜੇਕਰ ਅਸੀਂ ਨਹੀਂ ਬਦਲੇ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਚੇਂਜ ਨਹੀਂ ਕੀਤਾ, ਤਾਂ ਫਿਰ ਸਾਡਾ ਕੋਈ ਬਚਾਅ ਨਹੀਂ ਹੈ। ਸੰਤ ਮੱਤੀ ਕਹਿੰਦੇ ਹਨ, ਇਸ ਲਈ ਯਾਦ ਰੱਖੋ, ਬਹੁਤ ਸਾਰੇ ਲੋਕ ਚੜ੍ਹਦੇ ਅਤੇ ਲੈਂਦੇ ਤੋਂ ਆ ਕੇ ਅਬਰਾਹਮ ਇਸਾਕ ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ।
संत मत्ती कहते हैं चढ़ते तो लेंदे तो दक्षण तो पूर्व तो पश्चिम तो सब लोग आके परमेश्वर दे राज विच अब्राहम दे नाल भोजन करनगे। जेड़े आज लोग दूर हैं वो सब लोग आके परमेश्वर दे राज विच भोजन करनगे। पर अगे जिहड़ी गल लिखी है ध्यान नाल सुनियो जरी, परमेश्वर दे राज विच भोजन करनगे पर राज दे असली अधिकारी कौन है? जिहड़े अज असी प्रभु नूं मनदे हाँ, जिहड़े अज असी उस दीआं गवाहियां देंदे हाँ, जिहड़े अज असी उस दे नाल चल रहे हाँ, वो असली अधिकारी ते उन्हां दे बारे की लिखिया है। पर परमेश्वर दे राज दे असली अधिकारी बाहर सुट दिते जाणगे जिथे रोणा अते दंदां दा पीणा होवेगा। इसलिए प्यारिओ सानू किते ऐ ना होवे कि उस समय नरक विच जाना पवे, जां प्रभु सानू उस समय पहचाने ना। सानू अपने जीवन नू बदलना चाहिदा है ते भलाईयां करनियां चाहिदियां हन। ते प्रभु दे आउण तो पहलो सानू किस तरह दा बनना चाहिदा, लास्ट एक हवाला असी पढ़ांगे रोमिया 12 बाप ओदी पहली तो लैके 3 ऐ तक पढ़ना चाहिदा है। इसलिए मेरे भरावो परमेश्वर दीआं अणगिनत मेहरां नूं याद कराउंदिआं होइआं, ये लास्ट हवाला इसलिए मैं तुहानूं पढ़ के सुणाउण लगा कि संत पौलुस कहिंदे हन परमेश्वर ने इन्नीआं क मेहरां साडे ते कीतीआं हन, अणगिनत मेहरां, गिनती कोई नहीं, इन्नीआं क उहने बरकतां सानूं दित्तीआं हन, पर फिर भी असीं अपने जीवन नूं चेंज नहीं करदे। तो संत पौलुस कहिंदा प्रभु ने जिहड़ीआं साडे ते मेहरां कीतीआं हन ताडे अगे बेनती करदा हाँ, याद करवाउणा चाहुंदा हाँ तुहानूं। इसलिए मेरे भरावो परमेश्वर दीआं अणगिनत मेहरां नूं याद कराउंदिआं होइआं मैं तुहाडे अगे बेनती करदा हाँ अपने आप नूं जिंदा जूंदे, मतलब यह नहीं कि असीं चलदे फिरदे जूंदे आ, जिहड़ा मनुख पाप विच रहिंदा है वह मरिया होया है, वह जूंदा नहीं है। अपने आप नूं जिंदा पवित्र अते मनन योग कुरबानी दे रूप विच परमेश्वर दे सामने चढ़ाओ, क्योंकि यही उसकी आराधना का असली नेम है। संत पौलुस कहते हैं यह है उसकी असली आराधना का निजम, पवित्र जिंदा ते मनन योग। तो संत पौलुस कहते हैं कि साड़ी आराधना का असली निजम यह ही है, जिंदा पवित्र अते मनन योग। तो जे असी पाप विच रहिंदे आ, जिंदा नहीं आ, पवित्र नहीं आ, ते मनन योग नहीं आ, तो फिर साडा प्रभु नूं मनन दा भी कोई फायदा नहीं है। यह है उसकी आराधना का असली निजम। इसलिए खुदा तुहानूं सारयां नूं बरकत दवे, बाप अते बेटे अते रूह पाक दे नां उत्ते आमेन।